ਜੇਕਰ ਤੁਸੀਂ ਵੀ ਬ੍ਰੈਂਡਡ ਕੱਪੜੇ ਪਹਿਨਣ ਦੇ ਸ਼ੌਕੀਨ ਹੋ ਤਾਂ ਧਿਆਨ ਰੱਖੋ ਇਹ ਗੱਲਾਂ। ਜਿਵੇਂ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਫੈਸ਼ਨ ਦੀ ਦੁਨੀਆ 'ਚ ਬ੍ਰੈਂਡਡ ਕੱਪੜਿਆਂ ਦਾ ਕਰੇਜ਼ ਵੱਧ ਰਿਹਾ, ਖਾਸ ਕਰਕੇ ਨੌਜਵਾਨਾਂ 'ਚ ਬ੍ਰੈਂਡਡ ਜੁੱਤੀਆਂ ਅਤੇ ਕੱਪੜੇ ਖਰੀਦਣ ਦਾ ਮੁਕਾਬਲਾ ਹੈ। ਪਰ ਕਈ ਵਾਰ ਅਸੀਂ ਇਹ ਸੋਚ ਕੇ ਨਕਲੀ ਕੱਪੜੇ ਖਰੀਦਦੇ ਹਾਂ ਕਿ ਇਹ ਬ੍ਰੈਂਡਡ ਕੱਪੜੇ ਨੇ, ਫਿਰ ਬਾਅਦ 'ਚ ਪਤਾ ਲੱਗਦਾ ਕਿ ਸਾਡੇ ਨਾਲ ਤਾਂ ਧੋਖਾ ਹੋਇਆ। ਇਸ ਨਾਲ ਨਾ ਸਿਰਫ ਸਾਡੀ ਮਿਹਨਤ ਦੀ ਕਮਾਈ ਬਰਾਬਰ ਹੁੰਦੀ ਹੈ, ਸਗੋਂ ਸਾਨੂੰ ਉਹ ਗੁਣਵੱਤਾ ਵੀ ਨਹੀਂ ਮਿਲਦੀ ਜੋ ਅਸੀਂ ਚਾਹੁੰਦੇ ਹਾਂ। ਆਓ ਫਿਰ ਤੁਹਾਨੂੰ ਦੱਸਦੇ ਹਾਂ ਬ੍ਰੈਂਡਡ ਕੱਪੜੇ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਜੇਕਰ ਤੁਸੀਂ ਬ੍ਰੈਂਡਡ ਕੱਪੜੇ ਖਰੀਦ ਰਹੇ ਹੋ ਤਾਂ ਸਿਲਾਈ 'ਤੇ ਖਾਸ ਧਿਆਨ ਦਿਓ, ਕਿਉਂਕਿ ਚੰਗੇ ਬ੍ਰੈਂਡ ਦੀ ਸਿਲਾਈ ਸਾਫ਼ ਸੁਥਰੀ ਅਤੇ ਬਰਾਬਰ ਹੁੰਦੀ ਹੈ ਅਤੇ ਧਾਗੇ ਦੀ ਵੀ ਉੱਚ ਗੁਣਵੱਤਾ ਦੇ ਹੁੰਦੇ ਨੇ। ਜੇਕਰ ਸਿਲਾਈ 'ਚ ਕੋਈ ਨੁਕਸ ਹੈ ਤਾਂ ਇਹ ਸੰਭਵ ਹੈ ਕਿ ਕੱਪੜਾ ਨਕਲੀ ਹੋਵੇ, ਇਸ ਲਈ ਸਿਲਾਈ ਦੀ ਗੁਣਵੱਤਾ ਦੀ ਜਾਂਚ ਕਰਨਾ ਯਕੀਨੀ ਬਣਾਓ। ਬ੍ਰੈਂਡਡ ਕੱਪੜਿਆਂ ਦੀ ਜਿੱਪ ਮੁਲਾਇਮ ਅਤੇ ਉੱਚ ਗੁਣਵੱਤਾ ਵਾਲੀ ਹੁੰਦੀ ਹੈ। ਅਕਸਰ ਜਿੱਪ 'ਤੇ ਬ੍ਰੈਂਡ ਦਾ ਨਾਮ ਵੀ ਲਿਖਿਆ ਜਾਂਦਾ ਹੈ। ਜੇਕਰ ਜਿੱਪ ਕੰਮ ਨਹੀਂ ਕਰਦੀ ਹੈ ਜਾਂ ਇਸ 'ਤੇ ਬ੍ਰੈਂਡ ਦਾ ਨਾਮ ਨਹੀਂ ਹੈ ਤਾਂ ਕੱਪੜੇ ਨਕਲੀ ਹੋ ਸਕਦੇ ਨੇ। ਇਸ ਤੋਂ ਬਾਅਦ ਬਟਨਾਂ 'ਤੇ ਵੀ ਕੁਛ ਖਾਸ ਧਿਆਨ ਰੱਖੋ, ਕਿਉਂਕਿ ਅਸਲੀ ਬ੍ਰੈਂਡ ਵਾਲੇ ਕੱਪੜਿਆਂ ਦੇ ਬਟਨਾਂ 'ਤੇ ਬ੍ਰੈਂਡ ਦਾ ਨਾਮ ਉਕਾਰਿਆ ਹੁੰਦਾ ਹੈ। ਦੱਸ ਦਈਏ ਜੇਕਰ ਬਟਨ ਸਧਾਰਨ ਦਿਖਾਈ ਦਿੰਦੇ ਨੇ ਤਾਂ ਉਹਨਾਂ 'ਤੇ ਬ੍ਰੈਂਡ ਦਾ ਨਾਮ ਨਹੀਂ ਹੈ ਤਾਂ ਇਹ ਨਕਲੀ ਵੀ ਹੋ ਸਕਦਾ। ਇਸ ਲਈ ਖਰੀਦਦਾਰ ਕਰਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਬਟਨ ਸਹੀ ਨੇ ਜਾਂ ਇਸ 'ਤੇ ਨਾਮ ਲਿਖਿਆ ਹੋਇਆ ਬ੍ਰੈਂਡ ਦਾ। ਇਸ ਤੋਂ ਬਾਅਦ ਕਰਦੇ ਹਾਂ ਬ੍ਰੈਂਡਡ ਕੱਪੜੇ ਦੇ ਲੋਗੋ ਦੀ। ਇਹ ਇੱਕ ਮਹੱਤਵਪੂਰਨ ਚਿੰਨ੍ਹ ਹੈ। ਜੇਕਰ ਤੁਸੀਂ ਕੋਈ ਚੀਜ਼ ਖਰੀਦਦੇ ਹੋ ਤਾਂ ਲੋਗੋ ਨੂੰ ਧਿਆਨ ਨਾਲ ਦੇਖੋ, ਜੇ ਸੰਭਵ ਹੋਵੇ ਤਾਂ ਇਸਨੂੰ ਇੰਟਰਨੈਟ 'ਤੇ ਵੀ ਚੈੱਕ ਕਰੋ। ਅਜਿਹੇ 'ਚ ਜੇਕਰ ਲੋਗੋ ਦਾ ਡਿਜ਼ਾਈਨ ਅਤੇ ਫੋਟੋ ਅਸਲੀ ਨਾਲ ਮੇਲ ਨਹੀਂ ਖਾਂਦਾ ਤਾਂ ਸਾਵਧਾਨ ਰਹੋ, ਕਿਉਂਕਿ ਇਹ ਨਕਲੀ ਬ੍ਰੈਂਡ ਦਾ ਕੱਪੜਾ ਵੀ ਹੋ ਸਕਦਾ। ਬ੍ਰੈਂਡਡ ਕੱਪੜਿਆਂ ਦੇ ਟੈਗਾਂ 'ਚ ਹਮੇਸ਼ਾ ਪੂਰੀ ਜਾਣਕਾਰੀ ਹੁੰਦੀ ਹੈ, ਜਿਵੇਂ ਕਿ ਫੈਬਰਿਕ ਦੇ ਵੇਰਵੇ, ਧੋਣ ਦੀਆਂ ਹਦਾਇਤਾਂ ਅਤੇ ਨਿਰਮਾਣ ਦਾ ਸਥਾਨ। ਜੇਕਰ ਟੈਗ ਥੋੜ੍ਹਾ ਅਜੀਬ ਲੱਗਦਾ ਜਾਂ ਫਿਰ ਤੁਹਾਨੂੰ ਲੱਗਦਾ ਕਿ ਇਸ 'ਤੇ ਜਾਣਕਾਰੀ ਅਧੂਰੀ ਜਾਪਦੀ ਹੈ ਤਾਂ ਇਹ ਸੰਭਵ ਹੈ ਕਿ ਕੱਪੜਾ ਅਸਲੀ ਨਹੀਂ ਹੈ। ਇਸ ਲਈ ਖਰੀਦਦਾਰੀ ਕਰਦੇ ਸਮੇਂ ਟੈਗ ਨੂੰ ਵੀ ਧਿਆਨ ਨਾਲ ਦੇਖੋ।